ਸਤਿ ਸ਼੍ਰੀ ਅਕਾਲ ਬੀਬੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਇਸ ਵੇਲੇ ਦੀ ਇੱਕ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਦੱਸ ਦਈਏ ਕਿ ਬੰਟੀ ਔਰ ਬਬਲੀ ਦੀ ਜੋੜੀ ਪੁਲਿਸ ਦੇ ਅੜਕੇ ਚੜ ਗਈ ਹੈ ਪਤੀ ਪਤਨੀ ਫਿਜ਼ੀਓਥੈਰੇਪੀ ਦੇ ਬਹਾਨੇ ਫਸਾਉਂਦੇ ਸੀ ਜਾਲ ਵਿੱਚ ਅਤੇ ਫਿਰ ਘਰੋਂ ਸਾਰਾ ਮਾਲ ਲੈ ਕੇ ਮਾਰ ਜਾਂਦੇ ਸਨ ਉਡਾਰੀ ਗੁਰਦਾਸਪੁਰ ਤੋਂ ਖਬਰ ਸਾਹਮਣੇ ਆ ਰਹੀ ਆ ਕਹਿੰਦੇ ਹਨ ਬੱਕਰੇ ਦੀ ਮਾਂ ਕਦੋਂ ਤੱਕ ਖੈਰ ਮਨਾਵੇਗੀ ਫਿਜ਼ੀਓਥੈਰੇਪੀ ਦੇ ਨਾਂ 'ਤੇ ਲੋਕਾਂ ਨਾਲ ਪਿਆਰ ਅਤੇ ਵਿਸ਼ਵਾਸ ਬਣਾ ਕੇ ਉਹਨਾਂ ਦੇ ਘਰ ਤੱਕ ਵੜਨਾ ਅਤੇ ਫਿਰ ਖਾਣ ਪੀਣ ਵਾਲੀ ਕਿਸੇ ਚੀਜ਼ ਵਿੱਚ ਨਸ਼ੀਲਾ ਪਦਾਰਥ ਮਿਲਾ ਕੇ ਪਰਿਵਾਰ ਨੂੰ ਲੁੱਟ ਕੇ ਲੈ ਜਾਣਾ ਅਜਿਹੇ ਕੰਮ ਕਰਦਾ ਸੀ ਇਹ ਜੋੜਾ ਪਰ ਆਖਿਰਕਾਰ ਥਾਣਾ ਧਾਰੀਵਾਲ ਦੀ ਪੁਲਿਸ ਨੇ ਇਹਨਾਂ ਨੂੰ ਕਾਬੂ ਕਰ ਲਿਆ ਹੁਣ ਤੱਕ ਇਸ ਸਮੇਂ ਜੋੜੇ ਦੇ ਖਿਲਾਫ਼ ਫਿਜ਼ੀਓਥੈਰੇਪੀ ਦੇ ਬਹਾਨੇ 5 ਘਰਾਂ ਨੂੰ ਸ਼ਿਕਾਰ ਬਣਾ ਕੇ ਲੁੱਟਣ ਦੇ ਜਿਹੜੇ ਮਾਮਲੇ ਉਹ ਦਰਜ ਹੋ ਚੁੱਕੇ ਹਨ ਬੰਟੀ ਔਰ ਬਬਲੀ ਦੀ ਕਹਾਣੀ ਵਾਂਗ ਇਹ ਪਤੀ ਪਤਨੀ ਲਗਾਤਾਰ ਵਾਰਦਾਤਾਂ ਕਰ ਰਹੇ ਸਨ ਪਿਛਲੇ ਮਹੀਨੇ ਪਰਮਜੀਤ ਕੌਰ ਪਤਨੀ ਭੁਪਿੰਦਰ ਸਿੰਘ ਵਾਸੀ ਪਿੰਡ ਕਲਿਆਣਪੁਰ ਵੱਲੋਂ ਧਾਰੀਵਾਲ ਪੁਲਿਸ ਨੂੰ ਇੱਕ ਦਰਖਾਸਤ ਦਿੱਤੀ ਗਈ ਸੀ ਕਿ ਉਹਨਾਂ ਦੇ ਘਰ ਇੱਕ ਬਿਮਾਰ ਬਜ਼ੁਰਗ ਨੂੰ ਫਿਜ਼ੀਓਥੈਰੇਪੀ ਦੀ ਲੋੜ ਸੀ ਅਤੇ ਇਸ ਦੇ ਲਈ ਨੇੜੇ ਦੇ ਇੱਕ ਫਿਜ਼ੀਓਥੈਰੇਪਿਸਟ ਪਤੀ ਪਤਨੀ ਦੀਆਂ ਸੇਵਾਵਾਂ ਲਈਆਂ ਗਈਆਂ ਸਨ ਜਿਨ੍ਹਾਂ ਨੇ ਉਹਨਾਂ ਦੇ ਘਰ ਆ ਕੇ ਬਿਮਾਰ ਬਜ਼ੁਰਗ ਦੀ ਫਿਜ਼ੀਓਥੈਰੇਪੀ ਕਰਨੀ ਸ਼ੁਰੂ ਕੀਤੀ ਇਸ ਜੋੜੇ ਨੇ ਪਰਿਵਾਰ ਨਾਲ ਪਰਿਵਾਰਕ ਸੰਬੰਧ ਬਣਾ ਲਏ ਜਦੋਂ ਪਰਿਵਾਰ ਦਾ ਪੂਰਾ ਵਿਸ਼ਵਾਸ ਬਣ ਗਿਆ ਤਾਂ 24 ਸਤੰਬਰ ਨੂੰ ਇਹਨਾਂ ਵੱਲੋਂ ਕੋਈ ਨਸ਼ੀਲਾ ਪਦਾਰਥ ਸਾਰੇ ਘਰ ਦੇ ਮੈਂਬਰਾਂ ਨੂੰ ਪਿਲਾ ਕੇ ਬੇਹੋਸ਼ ਕਰਕੇ ਉਹਨਾਂ ਦੇ ਘਰ ਵਿੱਚੋਂ 70 ਗ੍ਰਾਮ ਦੇ ਕਰੀਬ ਸੋਨੇ ਦੇ ਗਹਿਣੇ ਅਤੇ 65,000-70,000 ਰੁਪਏ ਦੀ ਨਕਦੀ ਲੁੱਟ ਲਈ ਗਈ ਧਾਰੀਵਾਲ ਪੁਲਿਸ ਵੱਲੋਂ ਇਸ ਜੋੜੇ ਖਿਲਾਫ਼ ਮਾਮਲਾ ਦਰਜ ਕੀਤਾ ਅਤੇ ਇਹਨਾਂ ਦੀ ਤਲਾਸ਼ ਵਿੱਚ ਛਾਪੇਮਾਰੀ ਸ਼ੁਰੂ ਕੀਤੀ ਗਈ ਪਰ ਪੁਲਿਸ ਨੂੰ ਅੱਜ ਉਸ ਸਮੇਂ ਸਫਲਤਾ ਹਾਸਿਲ ਹੋਈ ਜਦੋਂ ਹਿਮਾਚਲ ਤੋਂ ਇੱਕ ਕਾਰ 'ਤੇ ਸਵਾਰ ਹੋ ਕੇ ਪਤੀ ਪਤਨੀ ਆ ਰਹੇ ਸਨ ਗੱਲਬਾਤ ਦੌਰਾਨ SHO ਧਾਰੀਵਾਲ ਸਰਬਜੀਤ ਸਿੰਘ ਨੇ ਦੱਸਿਆ ਕਿ ਇਹ ਪਤੀ ਪਤਨੀ ਲੋਕਾਂ ਨੂੰ ਲਗਾਤਾਰ ਆਪਣਾ ਸ਼ਿਕਾਰ ਬਣਾ ਰਹੇ ਸਨ ਵਿਨੇ ਨੰਦਾ ਅਤੇ ਸ਼ਾਲੂ ਨੰਦਾ ਨਾਮਕ ਪਤੀ ਪਤਨੀ ਦੇ ਉੱਪਰ ਪਹਿਲਾਂ ਤੋਂ ਹੀ 4 ਅਜਿਹੇ ਮਾਮਲੇ ਵੱਖ ਵੱਖ ਥਾਣਿਆਂ ਦੇ ਵਿੱਚ ਦਰਜ ਹਨ ਇਸ ਲੁਟੇਰੇ ਪਤੀ ਪਤਨੀ ਦੇ ਨਾਲ ਉਹਨਾਂ ਦੇ ਡਰਾਈਵਰ ਦੀ ਗ੍ਰਿਫਤਾਰੀ ਵੀ ਕੀਤੀ ਗਈ ਹੈ ਅਤੇ ਇਹ ਜਾਂਚ ਕੀਤੀ ਜਾ ਰਹੀ ਹੈ ਕਿ ਇਸ ਡਰਾਈਵਰ ਦਾ ਇਹਨਾਂ ਦੇ ਕਾਰਨਾਮਿਆਂ ਵਿੱਚ ਕਿਤੇ ਕੋਈ ਹੱਥ ਤਾਂ ਨਹੀਂ ਦਿਖਾਉਂਦੇ ਜੀ ਤੁਹਾਨੂੰ ਇੱਕ ਵਾਰੀ ਮੌਕੇ ਦੀਆਂ ਪੂਰੀਆਂ ਤਸਵੀਰਾਂ ਮਿਤੀ 7/23 ਨੂੰ ਪਰਮਜੀਤ ਕੌਰ ਪਤਨੀ ਭੁਪਿੰਦਰ ਸਿੰਘ ਵਾਸੀ ਕਲਿਆਣਪੁਰ ਮੋੜ ਰਣੀਏ ਦੇ ਰਹਿਣ ਵਾਲੇ ਆ ਕਲਿਆਣਪੁਰ ਮੋੜ 'ਤੇ ਇਹਨਾਂ ਨੇ ਆਪਣਾ ਘਰ ਬਣਾਇਆ ਇਹਨਾਂ ਦੇ ਜਿਹੜੇ ਬਜ਼ੁਰਗ ਸੀਗੇ ਉਹ ਕਾਫੀ ਬਿਮਾਰ ਸੀ ਉਹਨਾਂ ਦੀ ਫਿਜ਼ੀਓਥੈਰੇਪੀ ਜਿਹੜੀ ਉਹ ਕਰਵਾਉਂਦੇ ਰਹੇ ਆ ਆਪਣੇ ਵਿਨੇ ਨੰਦਾ ਜੀ ਸ਼ਾਲੂ ਨੰਦਾ ਇਹਨਾਂ ਦੇ ਨਾਲ ਇਹਨਾਂ ਦੇ ਇੱਕ ਡਰਾਈਵਰ ਮੁੰਡਾ ਸੁਖਦੇਵ ਸਿੰਘ ਆ ਇਹ ਤਿੰਨੇ ਜਣੇ ਜਾ ਕੇ ਉੱਥੇ ਇਹਨਾਂ ਦੇ ਘਰ ਪਹਿਲਾਂ ਤਾਂ ਇਹਨਾਂ ਨੂੰ ਕਲੀਨਿਕ 'ਤੇ ਵਿਖਾਉਂਦੇ ਰਹੇ ਉਹਨਾਂ ਨੂੰ ਲਿਆਉਣ ਦਾ ਇੱਕ ਬਹਾਨਾ ਬਣਾਇਆ ਜੀ ਆਪਾਂ ਇਹਨੂੰ ਘਰੇ ਹੀ ਆਪਾਂ ਜੀ ਜਿਹੜੀ ਇਹਦੀ ਫਿਜ਼ੀਓਥੈਰੇਪੀ ਉਹ ਕਰਾਂਗੇ ਘਰ ਦੇ ਵਿੱਚ ਇਹਨਾਂ ਨੇ ਕੁਝ ਸਮਾਂ ਘਰ 'ਚ ਕੀਤਾ ਇਹਨਾਂ ਨੇ ਫਿਜ਼ੀਓਥੈਰੇਪੀ ਉਹਦੀ ਡੇਲੀ ਆਉਣਾ ਜਾਣਾ ਬਣਾ ਕੇ ਉਹਨਾਂ ਦੇ ਘਰ ਇਹਨਾਂ ਨੂੰ ਚਾਹ ਦੇ ਵਿੱਚ ਕੋਈ ਨਸ਼ੀਲੀ ਦਵਾਈ ਦੇ ਕੇ ਅਤੇ ਜਿਹੜਾ ਉਹਨਾਂ ਦੇ ਘਰ 'ਚੋਂ ਗਹਿਣੇ ਕੋਈ ਤਕਰੀਬਨ 70 ਗ੍ਰਾਮ ਗਹਿਣੇ ਜਿਹੜੇ ਮਦਈ ਦੇ ਕਹਿਣ ਮੁਤਾਬਕ ਉਹ ਇਹਨਾਂ ਨੇ ਚੋਰੀ ਕਰ ਲਏ ਔਰ ਬੇਹੋਸ਼ੀ ਦੀ ਹਾਲਤ 'ਚ ਉਹਨਾਂ ਨੂੰ ਛੱਡ ਕੇ ਉੱਥੋਂ ਇਹ ਦੌੜਿਆ ਕੁਝ ਰੁਪਈਏ ਵੀ ਜਿਹੜੇ ਕੋਈ 60-65,000 ਰੁਪਈਆ ਦੱਸਦੇ ਅਲਮਾਰੀ ਦੇ ਵਿੱਚੋਂ ਉਹਨਾਂ ਨੇ ਕੱਢ ਲਿਆ ਇਹ 24/9/23 ਨੂੰ ਮੁਕਦਮਾ ਦਰਜ ਕੀਤਾ ਸੀ ਉਦੋਂ ਦੇ ਭਗੌੜੇ ਚਲੇ ਜਾ ਰਹੇ ਸੀ ਕੱਲ੍ਹ ਇਹਨਾਂ 'ਤੇ ਸੋਰਸਿਸ ਲਗਾਏ ਸੀਗੇ ਅਤੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਇਹ ਪੂਨੇ ਤੋਂ ਆ ਰਹੇ ਇਹਨਾਂ ਨੇ 3-4 ਜਗ੍ਹਾ 4 ਜਗ੍ਹਾ 'ਤੇ ਇਹਨਾਂ ਨੇ ਇਹੋ ਜਿਹੀਆਂ ਠੱਗੀਆਂ ਮਾਰੀਆਂ ਨੇ ਜੀ ਚੋਰੀ ਕੀਤਾ ਸਮਾਨ ਸ਼੍ਰੀ ਹਰਗੋਬਿੰਦਪੁਰ 'ਚ ਮੁਕਦਮਾ ਦਰਜ ਆ ਜੀ ਥਾਣਾ ਸਿਟੀ ਮਾਨਕੌਰ ਸਿੰਘ ਏਰੀਏ ਦੇ ਵਿੱਚ ਵੀ ਇਹਨਾਂ ਕੀਤਾ ਅਤੇ ਥਾਣਾ ਸਿਟੀ 'ਚ ਮੁਕਦਮਾ ਦਰਜ ਆ ਜੀ ਇੱਕ ਮੁਕਦਮਾ ਸਾਡੇ ਦਰਜ ਆ ਇੱਕ ਕੱਲ੍ਹ ਵੀ ਇਹ ਜਿੱਥੋਂ ਕਿਤੇ ਆ ਰਹੇ ਆ ਛੱਕੀ ਹਾਲਤ 'ਚ ਆ ਰਹੇ ਸੀ ਹੋ ਸਕਦਾ ਉੱਥੇ ਵੀ ਕੋਈ ਹਿਮਾਚਲ 'ਚ ਇਹਨਾਂ ਨੇ ਕੋਈ ਇਹੋ ਜਿਹੀ ਵਾਰਦਾਤ ਨੂੰ ਅੰਜਾਮ ਦਿੱਤਾ ਹੋਵੇ ਤਸਦੀਕ ਕੀਤਾ ਜਾ ਰਿਹਾ ਆ ਇਹਦਾ ਨਾਂ ਜਿਹੜਾ ਜੈਂਟ ਸੀ ਉਹਦਾ ਨਾਂ ਵਿਨੇ ਨੰਦਾ ਵਾ ਉਹਦੀ ਵਾਈਫ ਹੀ ਆ ਨਾਲ ਉਹਦਾ ਨਾਂ ਸ਼ਾਲੂ ਨੰਦਾ ਜਿਹੜੇ ਨਾਲ ਤੀਸਰਾ ਵਾ ਉਹ ਅਕਿਊਜ਼ਡ ਆ ਉਹ ਸੁਖਦੇਵ ਸਿੰਘ ਆ ਉਹਦੇ ਬਾਰੇ ਤਸਦੀਕ ਕਰ ਰਹੇ ਹਾਂ ਕਿ ਉਹ ਕੀ ਉਹ ਇਹ ਵਾਰਦਾਤ ਦੇ ਅੰਜਾਮ ਦੇਣ ਦੇ ਵਿੱਚ ਉਹਦਾ ਕੋਈ ਹੱਥ ਸੀ ਕਿ ਜਾਂ ਉਹ ਡਰਾਈਵਰੀ ਕਰਦਾ ਕੋਲੋਂ 70 ਗ੍ਰਾਮ ਸੋਨੇ ਦੇ ਵਿੱਚੋਂ 13 ਗ੍ਰਾਮ ਸੋਨਾ ਜਿਹੜਾ ਰਿਕਵਰ ਹੋ ਚੁੱਕਾ ਬਾਕੀ ਜਿਹੜਾ ਇਹਦਾ ਕਮਰ ਸਾਰੇ ਕਿਰਾਏ 'ਤੇ ਘਰ ਲੈ ਕੇ ਰਹਿ ਰਹੇ ਸੀਗੇ ਉੱਥੇ ਉਹਦੇ ਘਰ ਦਾ ਪਤਾ ਲਾਇਆ ਜਾ ਰਿਹਾ ਇੱਕ ਦਿਨ ਦਾ ਪੁਲਿਸ ਰਿਮਾਂਡ ਇਹਨਾਂ ਦਾ ਲਿਆ ਔਰ ਉੱਥੋਂ ਜਾ ਕੇ ਜੋ ਵੀ ਰਿਕਵਰੀ ਹੋਊਗੀ ਉਹ ਸਭਾ ਮਿਸਲ 'ਤੇ ਲਿਆਂਦੀ ਜਾਊਗੀ ਔਰ ਕੋਸ਼ਿਸ਼ ਕੀਤੀ ਜਾਊਗੀ ਵੱਧ ਤੋਂ ਵੱਧ ਜਿੰਨਾ ਵੀ ਇਹਨਾਂ ਨੇ ਲੁੱਟ ਦਾ ਮਾਲ ਆਪਣੇ ਕੋਲ ਰੱਖਿਆ ਆ ਉਹ ਸਾਰਾ ਰਿਕਵਰ ਕਰਕੇ ਜਿਹੜਾ ਆ ਮਦਈਆਂ ਦੇ ਹੈਂਡ ਓਵਰ ਕੀਤਾ ਜਾਊਗਾ ਜੀ ਪਰਮਿਸ਼ਨ ਕੋਰਟ ਦੀ ਪਰਮਿਸ਼ਨ ਦੇ ਤਹਿਤ